ਕਾਲ ਬਾਈ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਜਾਣੇ ਹੋਵੋਗੇ ਠੀਕ ਠਾਕ ਅਤੇ ਆਪਾਂ ਵੀ ਵਧੀਆ ਬਾਈ ਜੀ। ਕੱਲ੍ਹ ਜਿਹੜਾ ਆਪਾਂ ਤੁਸੀਂ ਦੇਖਿਆ ਸੀਗਾ ਟ੍ਰੇਲਰ ਹੁੱਕ ਕੀਤਾ ਨਾ, ਉਹ ਕੱਲ੍ਹ ਦਾ ਵਲੌਗ ਸੀਗਾ ਉਦੋਂ ਪਹਿਲਾਂ ਤੁਸੀਂ ਜਿਹੜਾ ਦੇਖਿਆ। ਅਤੇ ਉਦੋਂ ਬਾਅਦ 'ਚੋਂ ਮੈਂ ਟਰਾਈ ਕੀਤੀ ਮੈਂ ਤਾਂ ਸੁੱਖੀ ਨੇ ਅਸੀਂ ਗੱਲਾਂ ਹੀ ਕਰਨ ਦੀ, ਪਰ ਗੱਲ ਸਾਡੇ ਤੋਂ ਬਣੀ ਨਹੀਂ। ਅਤੇ ਫਿਰ ਮੈਂ ਕਹਿਤਾ ਸੀਗਾ ਐਤਕੀ, ਮੈਂ ਸੁੱਖੀ ਨੂੰ ਕਿਹਾ ਆਪਾਂ ਚੱਲੇ ਐਤਕੀ ਵਲੌਗ ਬਣਾਉਂਦੇ ਹੀ ਨਹੀਂ, ਫਿਰ ਅਸੀਂ ਕੈਂਸਲ ਕਰਤਾ ਸੀਗਾ ਮਤਲਬ ਐਤਕੀ ਗੇੜੇ ਦਾ ਵਲੌਗ। ਕਿਉਂਕਿ ਇੱਕ ਤਾਂ ਇਹ ਗੇੜਾ ਛੋਟਾ ਜਿਹਾ, ਮਤਲਬ 1300 ਕਿਲੋਮੀਟਰ ਆਪਾਂ ਆਏ ਹਾਂ ਵਿਨੀਪੈਗ ਤੋਂ ਸਾਊਥ ਨੂੰ, ਕੈਂਸਸ ਸਟੇਟ 'ਚ ਆਏ ਹਾਂ, ਕੈਂਸਸ ਸਿਟੀ ਦੇ ਵੀ ਨੇੜੇ ਹੀ ਆ ਇਹ। ਅਤੇ ਇੱਥੋਂ ਹੀ ਚੱਕ ਕੇ ਆਪਾਂ ਵਾਪਸ ਮੁੜ ਜਾਣਾ ਹੈ ਨਾ ਵਿਨੀਪੈਗ ਨੂੰ, ਅਤੇ ਬਣਾਉਣਾ ਨਹੀਂ ਸੀ ਵਲੌਗ। ਫਿਰ ਮੈਂ ਜਦੋਂ ਇੱਥੋਂ ਆਇਆ ਅਤੇ ਇੱਥੇ ਆ ਕੇ ਹੁਣ ਮੈਨੂੰ ਲੱਗਿਆ ਵੀ ਬਣਾਉਣਾ ਬਣਦਾ ਵਾ। ਵੈਸੇ ਇਦੋਂ ਬਾਅਦ 'ਚੋਂ ਤੁਸੀਂ ਦੇਖੋਗੇ ਜਿਹੜੀ ਕਲਿੱਪ ਉਹਦੇ ਕਰਕੇ ਬਣਾਇਆ, ਮਤਲਬ ਜਿੱਥੇ ਮੈਂ ਆਇਆ ਵਾ ਨਾ ਇੱਥੇ ਬੈਕ ਬਾਹਲੀ ਜ਼ਿਆਦਾ ਔਖੀ, ਮਤਲਬ ਮੈਂ ਕਹਿੰਦਾ ਵੀ ਜਦੋਂ ਦਾ ਮੈਂ ਟਰੱਕ ਚਲਾਉਣ ਲੱਗਿਆ ਉਦੋਂ ਦੀ ਮੈਂ ਇੰਨੀ ਮਤਲਬ ਔਖੀ ਬੈਕ ਨਹੀਂ ਕਹਿ ਸਕਦੇ ਤੁਸੀਂ, ਲਾਈ ਔਖੀ ਕਹਿ ਲਓ ਜਾਂ ਵੀ ਥਾਂ ਬਾਹਲਾ ਕਸੂਤਾ ਥਾਂ ਸੀਗਾ। ਤੁਹਾਨੂੰ ਮੈਂ ਦਿਖਾਉਣਾ ਹੁਣ, ਉਹ ਦੇਖੋ ਹੁਣ ਤਾਂ ਆਪਾਂ ਡੋਗ 'ਤੇ ਲਾਤਾ, ਇਹ ਨਾ ਦੇਸੀ ਜੀ ਕੰਪਨੀ ਆ ਅਤੇ ਬਾਈ ਹੈ ਵੀ ਜਿਵੇਂ ਆਪਣੇ ਜਗਾੜੀ ਬੰਦੇ ਨਹੀਂ ਹੁੰਦੇ ਜੱਟ, ਉਵੇਂ ਆ ਰੈਸਕੀ ਕੰਮ ਕਰਦੇ ਪੂਰਾ, ਜਿਵੇਂ ਜਿਹੜੇ ਗੋਰੇ ਹੁੰਦੇ ਆ ਉਹ ਨਹੀਂ ਆਏ ਕੰਮ ਕਰਦੇ, ਜਿਵੇਂ ਇਹ ਲੱਗੇ ਪਏ ਆ। ਮੈਂ ਆਇਆ ਇੱਧਰੋਂ ਇੱਧਰਲੇ ਪਾਸਿਓਂ, ਮੈਂ ਆਇਆ GPS ਲੈ ਕੇ ਆਇਆ ਮੈਨੂੰ ਹੈ ਨਾ, ਅਤੇ ਮੈਂ ਇੱਥੇ ਆ ਕੇ ਇਹਨਾਂ ਨੂੰ ਫੋਨ ਕੀਤਾ ਅਤੇ ਆਹ ਇਹਨਾਂ ਦੀ ਹੈਗੀ ਆ ਕੰਪਨੀ ਹੈ ਨਾ, ਅਤੇ ਇੱਧਰ ਦੀ ਮੈਂ ਆਇਆ ਇੱਥੇ ਖੜ੍ਹ ਗਿਆ। ਇਹ ਮੈਨੂੰ ਕਹਿੰਦੇ ਬਈ ਇੱਧਰ ਨੂੰ ਲੈ ਆ ਪਹਿਲਾਂ ਟਰੱਕ ਅਤੇ ਬਾਅਦ 'ਚੋਂ ਅੰਦਰ ਡੋਗ ਤੁਹਾਨੂੰ ਮੈਂ ਦਿਖਾਉਣਾ ਇੱਧਰ ਦੀ। ਫਿਰ ਮੈਂ ਇੱਧਰ ਨੂੰ ਲਿਆਇਆ ਟਰੱਕ, ਭੱਜ ਕੇ ਜਾਂਦਾ ਮੈਂ ਉੱਧਰ, ਫਿਰ ਤੁਹਾਨੂੰ ਛੇਤੀ ਛੇਤੀ ਪਤਾ ਲੱਗੂ ਨਹੀਂ ਤਾਂ ਵੀਡੀਓ ਬਾਹਲੀ ਲੰਮੀ ਹੋ ਜਾਣੀ। ਉੱਧਰੋਂ ਫਿਰ ਮੈਂ ਇੱਧਰ ਮੋੜ ਲਿਆਇਆ ਹੈ ਨਾ, ਅਤੇ ਇੱਥੋਂ ਇੱਥੇ ਆ ਕੇ ਫਿਰ ਮੈਂ ਟਰੱਕ ਇੱਧਰ ਬੈਕ ਕੀਤਾ, ਇੱਧਰ ਟ੍ਰੇਲਰ ਵਾੜਿਆ ਅੰਦਰ ਇੱਧਰ ਨੂੰ, ਇੱਧਰ ਚੜ੍ਹ ਗਿਆ ਟਰੱਕ ਇੱਥੋਂ ਦੀ ਚੜ੍ਹਾ ਗਿਆ। ਦੇਖੋ ਸ਼ਾਇਦ ਤੁਹਾਨੂੰ ਪੈੜਾਂ ਵੀ ਦਿਖਦੀਆਂ ਹੋਣਗੀਆਂ। ਇੱਥੋਂ ਦੀ ਚੜ੍ਹਾ ਕੇ ਟਰੱਕ ਫਿਰ ਗਿਆ ਅੰਦਰ, ਅੰਦਰ ਕਰਕੇ ਫਿਰ ਇੱਥੋਂ ਪੂਰਾ ਪੂਰਾ ਥਾਂ ਜਾਣੀ ਇੱਥੇ ਮੁੜਦਾ ਹੀ ਨਹੀਂ ਸੀਗਾ, ਪਹਿਲਾਂ ਇੱਧਰ ਵੜਿਆ ਫਿਰ ਆਹ ਪੈ ਗਿਆ ਵਿੱਚ ਪੈਲਟ ਹੈ ਨਾ, ਜਾਂ ਇਹਨਾਂ ਤੋਂ ਸਾਰੇ ਪੈਲਟ ਆ ਚੁਕਾਉਣੇ ਪੈਣੇ ਸੀਗੇ। ਫਿਰ ਮੈਂ ਇੱਧਰ ਨੂੰ ਕਰਕੇ ਇੱਥੋਂ ਮੈਂ ਇੱਧਰ ਨੂੰ ਵਾੜਿਆ ਟ੍ਰੇਲਰ ਮਗਰ, ਅਤੇ ਉਦੋਂ ਬਾਅਦ 'ਚੋਂ ਇੱਧਰ ਨੂੰ ਲਿਆਂਦਾ ਗਾਂਹ, ਅਤੇ ਹੁਣ ਉਹ ਉੱਥੇ ਗਾਂਹ ਪਹਿਲਾਂ ਫਿਰ ਜੇ ਉਹ ਸਟਰੀਟ ਤੋਂ ਆਇਆ ਸੀਗਾ ਨਾ ਮੈਂ, ਅਤੇ ਉੱਧਰ ਫਿਰ ਇੱਧਰ ਨੂੰ ਦੀ ਸਿੱਧਾ ਕੱਢ ਕੇ ਉਹ ਗੇਟ ਆ ਛੋਟਾ ਜਿਹਾ ਉੱਥੇ, ਅਤੇ ਉੱਧਰ ਗਾਂਹ ਕਰਕੇ ਗੇਟ ਖੋਲ੍ਹ ਕੇ ਅਤੇ ਇੱਥੇ ਡੋਗ 'ਤੇ ਲਾਇਆ। ਓਹੋ ਮੇਰਾ ਦੱਸ ਦਿੱਤਾ ਹੀ ਸਾਹ ਚੜ੍ਹ ਗਿਆ ਵੇ। ਅਤੇ ਆਹ ਦੇਖਿਓ ਬਾਈ ਬਾਹਰਲਾ ਗੇਟ ਵੀ ਕਿੰਨਾ ਭੀੜਾ, ਮਤਲਬ ਇੱਧਰ ਜਿੱਦਾਂ ਲੱਗਣੀ ਨਹੀਂ ਸੀਗੀ ਇਹਨਾਂ ਦਾ ਆਹੀ ਤਰੀਕਾ ਬਾਈਆਂ ਦਾ, ਅਤੇ ਜਾਂ ਸਾਰਾ ਕੁਛ ਚੁਕਾਉਣਾ ਪੈਣਾ ਸੀ ਫਿਰ ਸੌਖੀ ਲੱਗਣੀ ਸੀ। ਪਹਿਲਾਂ ਸਾਹ ਲੈ ਲਈਏ ਅਤੇ ਆਹ ਵੇਖੋ ਬਾਈ ਕੰਮ ਕਰਦੇ, ਦੇਖੋ
ਬਾਈਆਂ ਨੇ ਆ ਫੱਟਾ ਜਿਹਾ ਰੱਖਿਆ ਹੋਇਆ ਉੱਤੇ ਅਤੇ ਫੋਕ ਲਿਫਟ ਨਾਲ ਲਾਉਂਦੇ ਆ ਨਾ ਦੇਖਿਓ ਅਤੇ ਜਿਵੇਂ ਜਿਵੇਂ ਭਾਰ ਘੱਟਦਾ ਜਾਂਦਾ ਨਾ ਟ੍ਰੇਲਰ ਉੱਚਾ ਹੁੰਦਾ ਜਾਂਦਾ ਹੁਣ ਉਹ ਥੋੜ੍ਹਾ ਐਂ ਕਰੂਗੀ ਅਤੇ ਆਹ ਬਾਈ ਪੈਲਟ ਜਿਹੜੇ ਮੈਂ ਤੁਹਾਨੂੰ ਦੱਸਦਾ ਸੀ ਅੱਗੇ ਵੀਡੀਓ 'ਚ ਵੀ ਪੈਲਟ ਬਣਾਉਂਦੇ ਹੁੰਦੇ ਸੀ ਮੈਂ ਆਹ ਬਣਾਉਂਦਾ ਹੁੰਦਾ ਸੀਗਾ ਇਹਦਾ ਇਹ ਹੁੰਦਾ ਸੀਗਾ ਬਾਈ ਇਹ ਇੱਕ ਸਾਈਡ ਤੋਂ ਵਧੀਆ ਲੱਕੜ ਹੁੰਦੀ ਆ ਆਹ ਐਂ ਹੈ ਨਾ ਇੱਕ ਪਾਸਿਓਂ ਹੁੰਦੀ ਆ ਜਾਣੀ ਆਹ ਦੇਖੋ ਆਹ ਜਾਣੀ ਗੰਦਾ ਜਿਹਾ ਹੁੰਦਾ ਪਾਸਾ ਇੱਕ ਪਾਸਿਓਂ ਸਾਫ਼ ਹੁੰਦੀ ਆ ਇਹ ਪਾਸਾ ਬਾਹਰ ਲਾਉਣਾ ਹੁੰਦਾ ਸੀਗਾ ਫਿਰ ਅੱਡ ਅੱਡ ਆਰਡਰ ਆਉਂਦੇ ਹੁੰਦੇ ਸੀਗੇ ਵੀ ਕਿੰਨੀਆਂ ਫੱਟੀਆਂ ਲੱਗਣੀਆਂ ਔਰ ਪੈਲਟ ਦੇ ਨਾ 1 2 3 4 5 6 7 ਜਿਵੇਂ ਇਹ 7 ਦਾ ਵਾ ਹੈ ਨਾ ਐਂ ਹਰੇਕ ਅੱਡੋ ਅੱਡ ਪੈਲਟ ਹੁੰਦੇ ਸੀਗੇ ਅਤੇ ਜਿਹੜੀਆਂ ਆਹ ਕੱਢਦੇ ਆ ਨਾ ਆਹ ਇੰਨਾ ਮਤਲਬ ਕੱਟਦੇ ਆ ਇਹ ਤਾਂ ਹੁੰਦਾ ਵਾ ਵੀ ਇੱਥੇ ਆ ਕੇ ਜਿਹੜੀ ਉਹ ਫੋਕ ਲਿਫਟ ਆ ਉਹਦੇ ਫੋਕਸ ਪੈ ਜਾਂਦੇ ਇੱਥੇ ਆ ਕੇ ਹੈ ਨਾ ਇੱਕ ਇੱਧਰ ਅਤੇ ਫਿਰ ਉਹ ਚੱਕੇ ਜਾਂਦੇ ਆ ਤਾਂ ਵੈਸੇ ਇੱਧਰ ਦੀ ਵੀ ਚੱਕ ਸਕਦੇ ਹੁੰਦੇ ਆ ਪਰ ਆਹ ਨੋਚਰ ਵਾਲੀ ਮਸ਼ੀਨ ਹੁੰਦੀ ਸੀਗੀ ਨੋਚਾਂ ਕੱਢਦੇ ਹੁੰਦੇ ਸੀ ਉਹਦੇ ਨਾਲ ਵੀ ਇਹ ਤਾਂ ਚੱਕਣ ਵਾਸਤੇ ਅਤੇ ਮੈਂ ਇਦੋਂ ਬਾਅਦ 'ਚੋਂ ਪਾਉਣਾ ਵਾ ਵੀਡੀਓ ਉਹ ਜਿਹੜੀ ਮੈਂ ਸਾਈਡ ਦੇ ਸ਼ੀਸ਼ੇ 'ਤੇ ਮਾਊਂਟ ਕਰਤਾ ਸੀਗਾ ਮੈਨੂੰ ਪਤਾ ਨਹੀਂ ਹੁਣ ਤੁਹਾਨੂੰ ਬਾਹਲੀ ਵਧੀਆ ਪਤਾ ਲੱਗੂਗੀ ਕਿ ਨਹੀਂ ਇੱਥੇ ਤਾਂ ਡਰੋਨ ਹੋਣਾ ਚਾਹੀਦਾ ਸੀਗਾ ਫਿਰ ਪੂਰਾ ਘੈਂਟ ਬਣਨੀ ਸੀਗੀ ਚਲੋ ਕੋਈ ਨਹੀਂ ਡਰੋਨ ਵੀ ਲਵਾਂਗੇ ਮੈਂ ਬਾਈ ਜੀ ਜਿੰਨੀ ਕੁ ਕਮਾਈ ਮੈਨੂੰ ਯੂਟਿਊਬ ਤਾਂ ਹੁੰਦੀ ਆ ਉਹਦਾ ਮੈਂ ਯੂਟਿਊਬ ਵਾਲਾ ਸੰਦ ਸਮਾਨ ਨਹੀਂ ਲੈਂਦਾ ਨਾ ਤਾਂ ਮੈਂ ਕਾਹਲੀ ਕਰਦਾ ਵਾਂ ਵੀ ਮੈਨੂੰ ਕੋਈ ਕਾਹਲੀ ਆ ਛੇਤੀ ਸਮਾਨ ਲੈਣ ਦੀ ਅਤੇ ਵੈਸੇ ਲੈ ਵੀ ਸਕਦੇ ਹਾਂ ਪਰ ਉੱਦਾਂ ਹੀ ਮੈਨੂੰ ਆਏ ਆ ਵੀ ਐਂ ਬੰਦਾ ਲੱਗਿਆ ਰਹਿੰਦਾ ਹੈ ਨਾ ਹਟਦਾ ਨੀਗਾ ਅਤੇ ਆ ਹੁਣ ਬਾਈ ਲਾ ਦੇਣ ਇਦੋਂ ਬਾਅਦ 'ਚੋਂ ਆਪਾਂ ਥੋੜ੍ਹੀ ਦੂਰ ਜਾਣਾ 30 ਕਿਲੋਮੀਟਰ ਉੱਥੋਂ ਲੋਡ ਚੱਕ ਕੇ ਅਤੇ ਵਾਪਸ ਆਪਾਂ ਜਾ ਰਹੇ ਹਾਂ ਵਿਨੀ ਪੈਗੀ ਕਿਉਂਕਿ ਇਹ ਕਿਹੜਾ ਛੋਟਾ ਚੱਕਿਆ ਸੀ ਆਪ ਹੀ ਕਿਉਂਕਿ ਅੱਜ ਹੈਗੀ ਆ ਕੱਲ੍ਹ ਅਸੀਂ 22 ਨੂੰ ਚੱਕਿਆ ਸੀਗਾ ਅੱਜ 23 ਤਰੀਕ ਹੋ ਗਈ ਹਾਂਜੀ ਅੱਜ ਹੋ ਗਈ 23 ਤਰੀਕ ਅਤੇ 25 ਤਰੀਕ ਨੂੰ ਸਾਡੀ ਅਪੁਆਇੰਟਮੈਂਟ ਆ ਕੋਵਿਡ ਵੈਕਸੀਨੇਸ਼ਨ ਦੀ ਮੇਰੀ ਅਤੇ ਸੁੱਖੀ ਦੀ ਅਤੇ ਫਿਰ ਉਹ ਬੁਖਾਰ ਬਖੂਰ ਵੀ ਚੜ੍ਹਦਾ ਨਾ ਤੁਹਾਨੂੰ ਪਤਾ ਅਤੇ ਉਹਦੇ ਕਰਕੇ ਅਸੀਂ 2 ਛੁੱਟੀਆਂ ਲਈਆਂ ਹੋਈਆਂ 25-26 ਦੀਆਂ ਅਤੇ ਤਾਂ ਕਰਕੇ ਫਿਰ ਅਸੀਂ ਘਰੇ ਸੀਗੇ ਹੁਣ ਕਿਹਾ ਵੀ ਅਸੀਂ ਕਿਹਾ ਵੀ ਚੱਲ ਇੱਕ ਛੋਟਾ ਗੇੜਾ ਲਾ ਜਾਣੇ ਆ ਵੀ ਇੰਨੇ ਦਿਨ ਵੀ ਘਰੇ ਕੀ ਕਰਨਾ 5-6 ਦਿਨ ਹੋ ਜਾਣੇ ਸੀਗੇ ਪਹਿਲਾਂ ਅਸੀਂ ਔਫ ਪਾਈ ਆ ਅਤੇ ਇੱਕ ਸੱਚ ਬਈ ਮੈਂ ਹੋਰ ਗੱਲ ਕਰਨੀ ਸੀਗੀ ਵੀ ਮੈਂ ਨਾ ਮੁੰਡਾ ਢਿੱਲੋਂ ਆ ਜਿਹੜਾ ਸ਼ਾਇਦ ਤੁਸੀਂ ਵਲੌਗ ਦੇਖਿਆ ਹੋਵੇ ਪਹਿਲਾਂ ਵੀ ਹੈ ਨਾ ਉਹ ਦੁਬਈ 'ਚੋਂ ਆਇਆ ਵਾ ਬਾਈ ਅਤੇ ਉਹਨੂੰ ਮੈਨੂੰ ਆਪ ਨੂੰ ਹੁਣ ਪਤਾ ਨਹੀਂਗਾ ਉਹਦੀ ਇੰਟਰਵਿਊ ਕਰਨੀ ਆ ਇੰਟਰਵਿਊ ਮਤਲਬ ਉਹ ਤੋਂ ਪੁੱਛਣਾ ਦੱਸਣਾ ਵਾ ਵੀ ਉਹ ਕਿਵੇਂ ਆਇਆ ਕਿਉਂਕਿ ਦੁਬਈ ਵਾਲੇ ਬੰਦੇ ਆਪਾਂ ਨੂੰ ਵਾਹਵਾ ਦੇਖਦੇ ਹੈ ਨਾ ਅਤੇ ਮੈਨੂੰ ਬਾਈ ਤੁਸੀਂ ਆਹ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਵੀ ਮੈਂ ਉਹਨੂੰ ਪੁੱਛਾਂ ਕੀ ਚੀਜ਼ਾਂ ਹੈ ਨਾ ਜਿਵੇਂ ਵੀ ਤੁਹਾਡੇ ਕਿਹੜੇ ਕੁਐਸਚਨ ਆ ਫਿਰ ਮੈਨੂੰ ਉਹ ਤੁਸੀਂ ਕਮੈਂਟ ਕਰ ਦਿਓ ਫਿਰ ਮੈਂ ਉਹਨਾਂ ਨੂੰ ਉਹ ਚੀਜ਼ ਪੁੱਛ ਲੂੰਗਾ ਕਿਉਂਕਿ ਹੁਣ ਉਹਨੂੰ ਪੁੱਛਣਾ ਕੀ ਆ ਉਹ ਚੀਜ਼ ਮੈਨੂੰ ਆਪ ਨੂੰ ਵੀ ਨਹੀਂ ਪਤਾ ਹੈ ਨਾ ਅਤੇ ਉਹ ਤੁਸੀਂ ਜ਼ਰੂਰ ਆਪਦੇ ਕਰ ਦਿਓ ਕਮੈਂਟ ਅਤੇ ਫਿਰ ਆਪਾਂ ਉਹਦੇ ਨਾਲ ਵੀਡੀਓ ਬਣਾ ਦਿਆਂਗੇ ਵਾਹ ਹੀ ਸੀਗਾ ਬਾਈ ਵਲੌਗ ਤਾਂ ਐਤਕੀ ਇਰਾਦਾ ਹੈ ਨਹੀਂ ਸੀਗਾ ਪਰ ਇਹਦੇ ਕਰਕੇ ਥਾਂ ਜੀ ਦਿਖਾ ਦਈਏ ਮੈਂ ਕਿਹਾ ਕਈ ਵਾਰੀ ਇਹੋ ਜਿਹੀਆਂ ਬੈਕਾਂ ਵੀ ਆ ਜਾਂਦੀਆਂ ਅਤੇ ਇੱਕ ਆਹ ਬੰਦੇ ਵਾਲੇ ਦੇਸੀ ਆ ਕੰਮ ਕਰਨ ਦਾ ਤਰੀਕਾ ਵਾਲਾ ਦੇਸੀ ਆ ਬਾਈਆਂ ਦਾ ਮੈਂ ਕਿਹਾ ਇਹ ਵੀ ਦਿਖਾ ਦਈਏ ਤੁਹਾਨੂੰ ਅਤੇ ਉਹ ਜਿਹੜੀਆਂ ਸਟਰੈਪਾਂ ਟੰਗੀਆਂ ਹੋਈਆਂ ਨਾ ਉਹ ਪਿੱਛੇ ਸ਼ਾਇਦ ਤੁਹਾਨੂੰ ਦੀਂਦੀ ਹੋਵੇ ਪੀਲੀ ਜੀ ਉਹ ਆਪਾਂ ਲਾ ਕੇ ਆਪਣੇ ਰੱਖ ਲੈਣੀਆਂ ਟਰੱਕ ਦੇ ਵਿੱਚ ਕਿਉਂਕਿ ਇਹ ਬਈ ਐਂ ਚੱਲਦਾ ਰਹਿੰਦਾ ਵਾ ਜਿਵੇਂ ਆਪਾਂ ਹੋਰ ਕੋਈ ਕੰਪਨੀ 'ਚੋਂ ਟ੍ਰੇਲਰ ਪਾ ਲਿਆਂਦਾ ਹੈ ਨਾ ਉਹਦੀਆਂ ਕੱਢ ਕੇ ਆਪਾਂ ਰੱਖ ਲਈਦੀਆਂ ਹੁਣ ਜਿਵੇਂ ਮੈਂ ਗਾਂਹ ਲੋਡ ਚੱਕਣ ਜਾਣਾ ਹੋ ਸਕਦਾ ਮੈਨੂੰ ਉੱਥੇ ਲੋਡ ਪੈ ਜੇ ਜੇ ਉੱਥੇ 2-3 ਲੱਗ ਗਈਆਂ ਅਤੇ ਉਹ ਉੱਥੇ ਦੇਣੀਆਂ ਪੈ ਜਾਣੀਆਂ ਨਾ ਆਪਾਂ ਨੂੰ ਸਟਰੈਪਾਂ ਦਾ ਐਂ ਚੱਲੀ ਜਾਂਦਾ ਹੁੰਦਾ ਸਟਰੈਪਾਂ ਹੁੰਦੀਆਂ ਜਿਹੜੀਆਂ ਲੋਡ ਬੰਨਣ ਵਾਲੀਆਂ ਹੁੰਦੀਆਂ ਨਾ ਪਿੱਛੇ ਰੱਸੀਆਂ ਜਿਹੀਆਂ ਅਤੇ ਇੱਕ ਹੁੰਦੀਆਂ ਲੋਡ ਬਾਰਾਂ ਉਹ ਵੀ ਐਂ ਜੇ ਮੰਨ ਲਓ ਆਪਾਂ ਲੋਡ ਲਵਾਇਆ ਹੁਣ ਕਿਉਂਕਿ ਸਾਡੀ ਕੰਪਨੀ ਪਲੂਟੋ ਆ ਹੈ ਨਾ ਪਲੂਟੋ ਅਸੀਂ 22 ਦਿਨ ਦਾ ਲੋਡ ਚੱਕਿਆ ਹੁਣ ਜੇ ਇਹਦੇ 'ਚੋਂ ਕੋਈ ਨਿਕਲੀ ਸਟਰੈਪ ਉਹ ਆਪਣਾ ਚੱਕ ਕੇ ਆਪਾਂ ਟਰੱਕ 'ਚ ਰੱਖ ਲੈਣੀ ਆ ਅਤੇ ਗਾਂਹ ਵਾਲੇ ਲੋਡ ਚੱਪ ਉਹ ਲਾ ਦੇਣੀ ਹੁੰਦੀ ਹੈ ਉਹ ਕਿਸੇ 'ਚ ਵੀ ਲੱਗ ਸਕਦੀ ਜ਼ਰੂਰੀ ਨਹੀਂ ਇਹ 'ਚ ਹੀ ਲਾਉਣੀ ਆ ਆਰਨੋਲਡ ਦਾ ਹੋਵੇ ਆਰਨੋਲਡ 'ਚ ਪਲੂਟੋ ਦਾ ਹੋਵੇ ਪਲੂਟੋ 'ਚ ਮਤਲਬ ਸਟਰੈਪਾਂ ਦਾ ਸਾਂਝੇ ਖਾਤੇ ਚੱਲਦੀਆਂ ਮੇਰੇ ਹਿਸਾਬ ਨਾਲ ਜਿੱਥੇ ਤੱਕ ਜਿੰਨਾ ਕੁ ਮੈਂ ਦੇਖਿਆ ਹੁਣ ਤੱਕ I'm gonna go get some.
समान हजे होर भी है ट्रेलर च थोड़ा ही लगता समान बाहर कढ़े तो पता लगता भी की कुछ लिया हुण इत्थे झाड़ू भी मार ही देना आपां ट्रेलर च फिर ही चलांगे अगे ते पेपर दे दे आपां नूं बई ने साइन करके आ दे कुकी मारती इत्थे इत्थे मारी सी आ दे ला दो बई जी ला दो मिंटो मिंट ही ला दो बस किड्डा तीन ही रह गईयां तीन स्किडा रह गई तो मैं आह लाल गए आह होंदियां स्ट्रैपां बई जी आ दे आह ये कुंडे जे इधरले पासे लग जांदे आ ते बाद चो टैट हो जांदे हुंदे आ चलो इन्हां नूं ला के रख लईए ट्रक च ते झाड़ू मार दईए ते चलीए बई जी अगला लोड चक्कण अपना लै हम आप झाड़ू मार दिए तो फिर आप चलते अगला लोड च लो भी बाई जी ट्रेलर आप कटता नवा नवा हम स्ट्रैपां कट्ठियां कर लिए दूर हो गया कम हाँ होंगी है बई जी लोड बार इनू लोड बार कहते हैं देखो ए जिमें कि भी इनू आप सैट कर सकते हैं मान लो ट्रेलर च आप लोड लद लिया है ना इतों तक मान लो लद लिया तो ट्रेलर के बच्चे ला के ये वीडी छोटी हो जाती होंगी देखियो आए आ
ਤੇ ਜਿੱਥੇ ਵੀ ਆਪਣਾ ਲੋਡ ਲੋਟ ਆ ਗਿਆ ਮੰਨ ਲਓ ਆਪਾਂ ਮੰਨ ਲਓ ਜਿਵੇਂ ਆਹ ਲੱਦੀਆਂ ਸੀ ਲੱਕੜਾਂ ਹੈ ਨਾ ਉਹਦੇ ਮਗਰ ਨਾਲ ਲਾ ਕੇ ਅਤੇ ਆਪਾਂ ਇਹਨੂੰ ਐਂ ਟਾਈਟ ਕਰ ਦੇਣਾ ਹੁਣ ਬਸ ਅਤੇ ਆਹ ਲੋਕ ਲੱਗ ਜਾਂਦਾ ਇਹਦਾ ਐਂ ਖੁੱਲ੍ਹ ਜਾਂਦੀ ਆ ਫਿਰ ਲੋਕ ਖੋਲ੍ਹ ਕੇ ਇਹਨੂੰ ਤਾਂ ਚੱਕ ਲਓ ਅਤੇ ਇਹ ਵੀ ਵਾਧੂ ਸੀਗੀ ਟ੍ਰੇਲਰ ਦੇ ਵਿੱਚ ਅਤੇ ਇਹ ਵੀ ਆਪਾਂ ਟਰੱਕ 'ਚ ਰੱਖ ਲੈਣੀ ਆ ਜਿੰਨਾ ਸਮਾਨ ਆਇਆ ਵੀ ਅੱਜ ਕੋਲ ਹੋਵੇ ਬਾਈ ਜੀ ਚੰਗਾ ਹੀ ਹੁੰਦਾ ਅਤੇ ਮੈਨੂੰ ਆ ਗਈ ਗਰਮੀ ਅੰਦਰ ਝਾੜੂ ਮਾਰਦੇ ਨੂੰ ਅਜੇ ਆਪਣੇ ਕੋਲ ਇੱਕ ਹੈਗੀ ਆ ਅਤੇ ਆਹ ਇਹਦਾ ਲੋਕ ਹੁੰਦਾ ਬਾਈ ਜੀ ਇਹਦੇ 'ਚ ਆਪਾਂ ਸਾਡੇ ਕੋਲ ਸੀਲਾਂ ਹੈਗੀਆਂ ਵਾ ਸੀਲ ਲਾ ਦਿੰਦੇ ਹੁੰਦੇ ਹਾਂ ਚੱਕ ਹੁਣ ਜਦੋਂ ਕੱਢਣੀ ਆ ਆਹ ਹੁਣ ਇਹਦੇ ਵਿੱਚੋਂ ਨਿਕਲਦੀਆਂ ਨਹੀਂ ਜਦੋਂ ਕੱਢਣੀ ਆ ਤੋੜ ਕੇ ਸੀਲ ਅਤੇ ਕੱਢ ਲਵਾਂਗੇ ਆਹਦੇ ਮੈਂ ਪਹਿਲਾਂ ਇਹਦੇ ਨਾਲ ਕੱਟੀ ਆ ਸੀਲ ਜਦੋਂ ਝਾੜੂ ਲਾਉਂਦਾ ਸੀਗਾ ਨਾ ਬਾਈ ਜੀ ਅੰਦਰ ਗਰਮੀ ਬਹੁਤ ਆ ਗਈ ਅਤੇ ਟ੍ਰੇਲਰ ਤਾਂ ਸਾਫ਼ ਹੋ ਗਿਆ ਵੈਸੇ ਅਤੇ ਸਮਾਨ ਵੀ ਸਾਂਭ ਲਿਆ ਆਪਾਂ ਡੋਰ ਵੀ ਲਾ ਤੇ ਹੁਣ ਆਪਾਂ ਚੱਲਦੇ ਹਾਂ ਬਾਈ ਜੀ ਅਗਲਾ ਲੋਡ ਚੱਕਣ ਬਾਈ ਨਾ ਮੈਨੂੰ ਹੱਸਣ ਲੱਗ ਗਿਆ ਕਹਿੰਦਾ ਜਦੋਂ ਨੂੰ ਤੂੰ ਅਗਲੀ ਵਾਰੀ ਆਏਗਾ ਨਾ ਉਦੋਂ ਨੂੰ ਕਹਿੰਦਾ ਦੂਜੇ ਸਾਹਮਣੇ ਪਾਸੋਂ ਦੀ ਰੋਡ ਚਲਾ ਦਿਆਂਗੇ ਜਿਵੇਂ ਹੁਣ ਆਪਾਂ ਨੂੰ ਬੈਕ ਕਰਨੀ ਪਈ ਕਹਿੰਦਾ ਤੈਨੂੰ ਗਾਂਹ ਰਹੀ ਔਖਾ ਨਹੀਂ ਹੁੰਦਾ ਮੈਂ ਕਿਹਾ ਚਲੋ ਹੁਣ ਤਾਂ ਗਾਂਹ ਪਤਾ ਨਹੀਂ ਕਦੋਂ ਆਉਣਾ ਕਿਹਨੇ ਆਉਣਾ ਚਲੋ ਬਾਈ ਜੀ ਚੱਲੀਏ ਬਾਈ ਜੀ ਬਹੁਤ ਹੀ ਕਸੂਤਾ ਥਾਂ ਹੈ ਆਪਾਂ ਨਿਕਲਣ ਲੱਗੇ ਹਾਂ ਅਤੇ ਆਪਣਾ ਟਰੱਕ ਨਹੀਂ ਮੁੜ ਰਿਹਾ ਇੱਥੋਂ ਉਹ ਜਿਹੜਾ ਲਾਲ ਟਰੱਕ ਖੜ੍ਹਾ ਨਾ ਪਿਕਅਪ ਟਰੱਕ ਰੈਮ ਦਾ ਟਰੱਕ ਇਹ ਆਪਾਂ ਨੂੰ ਮੂਵ ਕਰਾਉਣਾ ਪੈਣਾ ਅਤੇ ਫਿਰ ਆਪਣਾ ਟਰੱਕ ਨਿਕਲੂਗਾ ਬਾਈ ਨੂੰ ਫੋਨ ਕੀਤਾ ਕਹਿੰਦਾ ਆਉਣਾ ਪਾਣੀ ਕਹਿ ਵੀ ਥਾਂ 'ਤੇ ਕੰਪਨੀ ਖੋਲ੍ਹੀ ਆ ਬਈ ਉੱਤਰ ਕੇ ਦਿਖਾਉਣਾ ਤੁਹਾਨੂੰ ਆਹ ਦੇਖੋ ਪਿਆ ਜੇ ਮੈਂ ਸਿੱਧਾ ਲਈ ਗਿਆ ਅਤੇ ਜਿਵੇਂ ਟਰੱਕ ਇੱਧਰ ਨੂੰ ਜਾਂਦਾ ਨਾ ਟ੍ਰੇਲਰ ਨੇ ਵੀ ਇੱਧਰ ਨੂੰ ਘੁੰਮ ਜਾਣਾ ਅਤੇ ਇਹਨੇ ਇਹਦੇ ਨਾਲ ਲੱਗ ਜਾਣਾ ਆ ਕੇ ਅਤੇ ਹੁਣ ਬਾਈ ਆ ਰਿਹਾ ਵਾ ਇਹਨੂੰ ਮੂਵ ਕਰੂਗਾ ਆ ਕੇ ਅਤੇ ਜੇ ਆਪਾਂ ਇੱਧਰ ਨੂੰ ਮੋੜਦੇ ਸੀਗੇ ਇੱਧਰ ਨੂੰ ਵੀ ਨਹੀਂ ਸੀ ਮੁੜਨਾ ਕਿਉਂਕਿ ਆ ਗੇਟ ਲੱਗਣਾ ਸੀਗਾ ਨਾਲ ਵੈਸੇ ਇੱਧਰ ਨੂੰ ਮੁੜ ਸਕਦਾ ਸੀਗਾ ਇੱਧਰ ਨੂੰ ਮੁੜ ਸਕਦਾ ਸੀਗਾ ਪਰ ਉਹ ਤੁਸੀਂ ਸਾਹਮਣੇ ਦੇਖ ਸਕਦੇ ਹਾਂ ਰੋਡ ਬੰਦ ਆ ਜਿੱਧਰ ਆਪਾਂ ਜਾਣਾ ਜੇ ਬਾਈ ਜੀ ਰੋਡ ਰਾਡ ਆਉਂਦੇ ਰਹਿੰਦੇ ਹੈ ਨਾ ਅਤੇ ਆਪਦੀ ਕਾਹਲੀ ਨਾ ਕਰੇ ਖੜ੍ਹ ਜਾਵੇ ਭਾਵੇਂ ਘੰਟਾ ਦੋ ਘੰਟੇ ਲਾ ਲਓ ਭਾਵੇਂ ਪਰ ਜੇ ਆਪਾਂ ਵੀ ਮਾਰ ਲਈਏ ਗਏ ਪਾਸੇ ਨਾ ਫਿਰ ਬਾਹਲਾ ਚੱਕਰ ਪੈ ਜਾਂਦਾ ਹੁਣ ਉੱਥੇ ਜਿਵੇਂ ਦੇਖ ਲਿਆ ਮੈਂ ਪਿੱਕਾ ਮੈਂ ਪਹਿਲਾਂ ਹੀ ਦੇਖੀ ਜਾਂਦੇ ਮੈਨੂੰ ਲੱਗੀ ਜਾਂਦੇ ਵੀ ਖੜਾਉਣਾ ਹੀ ਪੈਣਾ ਮੁੜਨੇ ਨਹੀਂ ਸੀ ਚਲੋ ਨਿਬੜ ਗਿਆ ਕੰਮ ਆਪਣਾ ਅਤੇ ਆਪਾਂ ਹੁਣ ਜਾ ਰਹੇ ਹਾਂ ਬ੍ਰਿਜ ਤੋਂ ਦੀ ਦਰਿਆ ਵਾ ਕਹਿੰਦੇ ਬਾਈ ਜੀ ਦਰਿਆ ਸਤਲੁਜ ਦਰਿਆ ਵਾ ਸਾਡੇ ਪਿੰਡੋਂ ਜਦੋਂ ਜਾਂਦੇ ਹਾਂ ਨਾ ਉੱਧਰ ਨੂੰ ਜਲੰਧਰ ਵਾਲ ਨੂੰ ਅਤੇ ਥੋੜ੍ਹੀ ਦੂਰ ਹੀ ਆਉਂਦਾ ਦਰਿਆ ਜਾ ਇੱਧਰੋਂ ਤਾਂ ਖੁੱਲ੍ਹੀ ਡੁੱਲੀ ਆ ਸਿਟੀ ਉੱਥੇ ਹੀ ਜ਼ਿਆਦਾ ਚੱਕਰ ਸੀ ਪਰ ਅੱਗੇ ਵੀ ਆਪਾਂ ਡਾਊਨ ਟਾਊਨ ਦੇ ਵਿੱਚ ਹੀ ਆ ਗਏ ਹਾਂ ਬਾਈ ਜੀ ਵਿੱਚ ਹੀ ਆ ਗਏ ਹਾਂ ¡Suscríbete al canal!
ਪਿਕਅਪ ਲੋਕੇਸ਼ਨ 'ਤੇ ਆਪਾਂ ਗਏ ਬਾਈ ਜੀ ਪਹੁੰਚ ਅਤੇ ਟਾਈਮ ਹਜੇ ਹੋਇਆ ਇੱਥੇ 10:00 ਅਤੇ ਆਪਣੀ ਅਪੁਆਇੰਟਮੈਂਟ ਹੈਗੀ ਹੈ 2:00 ਦੀ ਬਾਈ ਲੋਡ ਕਰ ਦੇਣ ਤਾਂ ਬਾਹਲਾ ਵਧੀਆ ਹੁਣੇ ਕਰ ਦੇਣ ਤਾਂ ਬਾਹਲਾ ਵਧੀਆ ਨਹੀਂ 2:00 ਤਾਂ ਫਿਰ ਕਰਨਗੇ ਹੀ 4 ਘੰਟੇ ਐਵੇਂ ਖੜ੍ਹਨਾ ਪੈਣਾ ਅਤੇ ਜੇ ਹੁਣ ਲੱਗ ਜਾਣ ਤਾਂ ਆਪਣੇ ਉਹੀ 4 ਘੰਟੇ ਬਚ ਜਾਣਗੇ 400 ਕਿਲੋਮੀਟਰ ਕੱਢ ਦਾਂਗੇ ਉਨੇ ਟਾਈਮ 'ਚ ਬਾਈ ਡੋਰ ਖੋਲ੍ਹੀ ਜਾਂਦੇ ਆ ਇੱਥੇ ਡੋਰ ਖੋਲਿਆ ਨਾ ਉਤਰ ਕੇ ਦੇਖ ਲੈਣਗੇ ਬਾਈ ਜੀ ਪਤਾ ਨਹੀਂ ਇਹਨਾਂ ਨੇ ਕੀ ਲੱਦਣਾ ਵਾ ਟਰੱਕ 'ਚ ਕਹਿੰਦੇ ਆਹ ਵੀ ਨਹੀਂ ਹੋਣਾ ਚਾਹੀਦਾ ਆਹ ਅਤੇ ਹੁਣ ਆਪਾਂ ਇਹ ਵੀ ਸਾਫ ਕਰਨਾ ਉਹ ਮਹਿੰਗਾ ਹੀ ਲੋਡ ਲੱਗਦਾ ਮੈਨੂੰ ਜਿਹੜੇ ਇੰਨੀ ਸਫਾਈ ਕਰੀ ਜਾਂਦੇ ਆ ਮਹਿੰਗਾ ਮਤਲਬ ਵੀ ਜਾਂ ਤਾਂ ਖਾਣ ਪੀਣ ਦਾ ਪਰ ਨਹੀਂ ਪਲਾਸਟਿਕ ਆ ਪਲਾਸਟਿਕ ਦਾ ਵਾ ਕੁਛ ਧੋਣਾ ਹੀ ਨਾ ਪੈ ਜੇ ਬਾਈ ਕਹਿੰਦਾ ਜਮ੍ਹਾਂ ਨਹੀਂ ਹੋਣੀ ਚਾਹੀਦੀ ਵਿੱਚ ਕੁਛ ਵੀ ਮਾੜੀ ਮੋਟੀ ਵੀ ਨਹੀਂ ਹੋਣੀ ਚਾਹੀਦੀ ਕਹਿੰਦਾ ਮਾੜੀ ਮੋਟੀ ਵੀ ਸਾਰੀ ਦੁਬਾਰਾ ਤੋਂ ਮਾਰਨਾ ਪੈਣਾ ਆਪਾਂ ਨੂੰ ਆਹ ਵੀ ਨਹੀਂ ਹੋਣਾ ਚਾਹੀਦਾ ਕਹਿੰਦਾ ਇਦੋਂ ਵੱਧ ਤਾਂ ਨਹੀਂ ਕਰ ਸਕਦੇ ਬਾਈ ਜੀ ਇਦੋਂ ਬਾਅਦ 'ਚੋਂ ਤਾਂ ਹੁਣ ਫਿਰ ਉਹ ਵਾਹਿਗੁਰੂ ਧਵਾਉਣਾ ਹੀ ਪਊਗਾ ਪੁੱਛਦਾ ਬਾਈ ਨੂੰ ਕੀ ਕਹਿੰਦਾ ਵਾ ਓ ਬਾਈ ਮੰਨ ਹੀ ਗਿਆ ਬਾਈ ਜੀ ਕਹਿੰਦਾ ਮਤਲਬ ਮੇਰੇ ਵੱਲੋਂ ਤਾਂ ਕਹਿੰਦਾ ਪਾਸ ਆ ਵੀ ਸ਼ਾਇਦ ਕੰਪਨੀਆਂ ਵਾਲੇ ਕਰ ਦੇਣ ਲੋਡ ਮੈਂ ਕਿਹਾ ਇਦੋਂ ਬਾਅਦ 'ਚੋਂ ਤਾਂ ਹੁਣ ਧਵਾਉਣਾ ਹੀ ਪਊਗਾ ਯਾਰ ਹੋਰ ਤਾਂ ਮੈਂ ਨਹੀਂ ਕੁਛ ਕਰ ਸਕਦਾ ਹੈ ਨਾ ਪਤਾ ਨਹੀਂ ਕੀ ਲੋਡ ਹੋਊਗਾ ਯਾਰ ਐਡਾ ਜਿਹੜਾ ਇੰਨਾ ਕਹੀ ਜਾਂਦੇ ਆ ਵੀ ਸਾਫ਼ ਕਰੋ ਸ਼ਾਇਦ ਖਾਣ ਪੀਣ ਦਾ ਤਾਂ ਨਹੀਂ ਹੈਗਾ ਇੱਥੇ ਕੁਛ ਆ ਦੇ ਹੁਣ ਤਾਂ ਜਮ੍ਹਾਂ ਸਾਫ਼ ਕਰਤਾ ਚਲੋ ਆਪਾਂ ਹੁਣ ਲਾਉਣਾ ਬਾਈ ਜੀ 224 ਨੰਬਰ ਡੋਗ 'ਤੇ ਟ੍ਰੇਲਰ ਉਹ ਰਹੀ ਆ ਡੋਗ ਪਿੱਛੇ ਅਤੇ ਕਰ ਦੇਣਗੇ ਲੋਡ ਮੈਨੂੰ ਲੱਗਦਾ ਛੇਤੀ ਹੋਈ ਜਿਹੜੇ ਹਿਸਾਬ ਨਾਲ ਡੋਗ 'ਤੇ ਲਵਾ ਲਿਆ ਵਾ ਵੀ ਆਪਾਂ ਨੂੰ ਬਾਹਲੀ ਵੇਟ ਨਹੀਂ ਕਰਨੀ ਪਈ 2:00 ਤੱਕ ਕਈ ਹੁੰਦੇ ਆ ਵੀ ਜਿਵੇਂ 2:00 ਦੀ ਅਪੁਆਇੰਟਮੈਂਟ ਆ ਅਤੇ ਡੋਗ 'ਤੇ 2:00 ਲਵਾਉਂਦੇ ਹੁੰਦੇ ਆ ਟ੍ਰੇਲਰ ਲਾਤਾ ਆਪਾਂ ਬਾਈ ਜੀ ਡੋਗ 'ਤੇ ਅਤੇ ਬਾਈ ਨੇ ਮੈਨੂੰ 2-3 ਗੱਲਾਂ ਕਹੀਆਂ ਸੀਗੀਆਂ 2 ਹੀ ਕਹੀਆਂ ਸੀ ਇੱਕ ਤਾਂ ਕਹਿੰਦਾ ਸੀਗਾ ਵੀਲ ਚੋਕ ਕਰ ਦੀ ਮਤਲਬ ਕਿ ਆਹ ਲਾ ਦੀ ਉਹ ਟਾਇਰਾਂ ਨੂੰ ਹੈ ਨਾ ਇਹਨੂੰ ਕਹਿੰਦੇ ਆ ਬਾਈ ਜੀ ਚੋਕ ਇਹ ਲਾ ਦੀ ਇੱਕ ਬਾਈ ਨੇ ਮੈਨੂੰ ਕਿਹਾ ਸੀਗਾ ਅਤੇ ਇੱਕ ਆਪਾਂ ਰੈੱਡ ਏਅਰਲਾਈਨ ਡਿਸਕਨੈਕਟ ਕਰਨੀ ਆ ਬਾਈ ਜੀ ਮਤਲਬ ਵੀ ਆਹ ਇਹਦਾ ਇਹ ਕੰਮ ਹੁੰਦਾ ਬਾਈ ਜੀ ਹੁਣ ਨਾ ਜਿਵੇਂ ਆ ਟ੍ਰੇਲਰ ਦੇ ਬ੍ਰੇਕ ਲੱਗੇ ਹੋਏ ਆ ਅਤੇ ਜਦੋਂ ਆਪਾਂ ਉਹ ਰੈੱਡ ਏਅਰਲਾਈਨ ਲਾ ਕੇ ਅਤੇ ਰੈੱਡ ਬਟਨ ਜਿਹੜਾ ਪ੍ਰੈੱਸ ਕਰਾਂਗੇ ਉਦੋਂ ਬ੍ਰੇਕ ਰਿਲੀਜ਼ ਹੋਣਗੇ ਹੈ ਨਾ ਅਤੇ ਉਹ ਮਤਲਬ ਇਹ ਲਵਾ ਦਿੰਦੇ ਹੁੰਦੇ ਕਈ ਕੰਪਨੀਆਂ ਵਾਲੇ ਵੀ ਕਈਆਂ ਨਾਲ ਹੋਇਆ ਹੁੰਦਾ ਕੰਪਨੀ ਵਾਲੇ ਨਾਲ ਵੀ ਡਰਾਈਵਰ ਡੋਗ 'ਤੇ ਲੱਗੇ ਤੋਂ ਤੋਰ ਦਿੰਦੇ ਹੁੰਦੇ ਹੈ ਨਾ ਜਾਂ ਭੁਲੇਖਾ ਪੈ ਜਾਂਦਾ ਕਈ ਵਾਰੀ ਵੀ ਫੋਕ ਲਿਫਟ ਅੰਦਰ ਹੁੰਦੀ ਆ ਅਤੇ ਡਰਾਈਵਰ ਟਰੱਕ ਤੋਰ ਦਿੰਦੇ ਆ ਕਈ ਵਾਰੀ ਲੈਟ ਦਾ ਭੁਲੇਖਾ ਪੈਂਦਾ ਕਈ ਵਾਰੀ ਕੁਛ ਵੀ ਹੋ ਸਕਦਾ ਇਹ ਸੇਫਟੀ ਵਾਸਤੇ ਵੀ ਟਰੱਕ ਟ੍ਰੇਲਰ ਖਿੱਚਿਆ ਨਾ ਜਾਵੇ ਹੈ ਨਾ ਤਾਂ ਕਰਕੇ ਰੈੱਡ ਏਅਰਲਾਈਨ ਲਵਾ ਦਿੰਦੇ ਹੁੰਦੇ ਆ ਚਲੋ ਹੁਣ ਆਪਾਂ ਬਾਬਾ ਜੀ ਹੁਣਾਂ ਦੀ ਵੇਟ ਹੀ ਕਰ ਸਕਦੇ ਹਾਂ ਵੀ ਕਦੋਂ ਕੋਈ ਲੋਡ ਕਰਦੇ ਆ ਅਤੇ ਆਪਾਂ ਖਾ ਪੀ ਲੈਂਦੇ ਹਾਂ ਕੁਛ ਬਾਈ ਜੀ ਉਹਨਾਂ ਟਾਈਮ ਘਰ ਫੋਨ ਲਾ ਲੈਂਦੇ ਹਾਂ ਓਕੇ ਬਾਈ ਜੀ ਆਹ ਲਾ ਦਿੱਤਾ ਇਹਨਾਂ ਨੇ ਪਤਾ ਨਹੀਂ ਕੀ ਆ ਆਹ ਪੇਪਰ ਪਏ ਆ
ਵਾਹਿਗੁਰੂ। ਮੈਂ ਸੌਂ ਗਿਆ ਸੀਗਾ ਬਾਈ ਜੀ। ਚਲੋ ਹੁਣ ਚੱਲਦੇ ਹਾਂ ਆਪਾਂ ਵਿੰਨੀ ਪੈੱਗ ਨੂੰ ਬਾਈ ਜੀ, ਵਿੰਨੀ ਪੈੱਗ ਨੂੰ। ਹਾਂਜੀ ਬਾਈ ਜੀ, ਪੇਪਰ ਆਪਾਂ ਨੂੰ ਮਿਲ ਗਏ ਅਤੇ ਲੋਡ ਵੀ ਹੋ ਗਿਆ ਆਪਣਾ ਰੈਡੀ, ਅਤੇ ਆਪਾਂ ਦੇਖੋ ਬਾਹਰ ਆ ਕੇ ਖੜ ਗਏ ਹਾਂ ਕੰਪਨੀ 'ਚੋਂ। ਉਹ ਪਿੱਛੇ ਕੰਪਨੀ ਆ ਅਤੇ 1323 ਕਿਲੋਮੀਟਰ ਆ ਦੇਖੋ ਆਪਾਂ ਨੂੰ ਵਿਨੀ ਪੈੱਗ, ਲੋਕੇਸ਼ਨ ਮੈਂ ਪਾਲੀ ਆ ਅਤੇ ਬਸ ਪੇਪਰ ਭੇਜ ਰਿਹਾ ਮੈਂ ਬਣਾ ਕੇ ਕੰਪਨੀ ਵਾਲਿਆਂ ਨੂੰ। ਆਹ ਦੇਖੋ ਪੇਪਰ ਐਂ ਬਣਾਈ ਦੇ, ਆਪਾਂ ਅੱਗੇ ਵੀ ਵੀਡੀਓ ਬਣਾਈ ਸੀ, ਇੱਥੇ ਸਟਿੱਕਰ ਲਾ ਦੇਈਦਾ ਅਤੇ ਆਹ ਵਾਲਾ ਸਟਿੱਕਰ ਹੈ, ਇੱਥੇ ਲਾ ਕੇ ਇੱਥੇ ਸਾਰਾ ਕੁਝ ਲਿਖ ਦੇਈ ਦੇਣਾ, ਡਰਾਈਵਰ ਦਾ ਨਾਂ, ਕਿੱਥੋਂ ਐਂਟਰ ਹੋਣਾ, ਟਾਈਮ, ਡੇਟ, ਟਰੱਕ ਨੰਬਰ, ਲਾਈਸੈਂਸ ਪਲੇਟ, ਟ੍ਰੇਲਰ ਨੰਬਰ, ਟ੍ਰੇਲਰ ਦੀ ਲਾਈਸੈਂਸ ਪਲੇਟ, ਕੰਸਾਈਨਿੰਗ ਕੰਪਨੀ ਦਾ ਨਾਂ, ਕਮੋਡਿਟੀ ਵੀ ਆਪਣੇ ਕੋਲ ਕੀ ਚੀਜ਼ ਆ, ਅਤੇ ਆਹ ਐਂਟਰੀ ਨੰਬਰ ਆਪਾਂ ਨੂੰ ਭੇਜਣਾ ਹੈ ਨਾ, ਕੰਪਨੀ ਵਾਲੇ ਭੇਜਣਗੇ ਬੋਰਡਰ ਕਲੀਅਰ ਕਰਾ ਕੇ। ਇਹ ਵੀਡੀਓ ਵਧੀਆ ਡਿਟੇਲ ਜੀ ਜਿਵੇਂ ਬਣਾਈ ਸੀ ਪਹਿਲਾਂ ਤੁਸੀਂ ਦੇਖ ਸਕਦੇ ਜੇ ਦੇਖਣੀ ਨਾ। ਅਤੇ ਚਲੋ ਬਣਾ ਦਈਏ ਪੇਪਰ, ਅਤੇ ਬਾਈ ਵੀ ਉੱਠ ਖੜਿਆ ਹੁਣ ਹੈ ਨਹੀਂ ਗਾ, ਮਤਲਬ ਪਿੱਛੇ ਦਿਖਾਈ ਜਾਂਦਾ ਬਾਈ ਅੰਦਰ ਗਿਆ ਵਾ ਫਰੈਸ਼ ਹੁਣ, ਅਤੇ 1:00 2 ਘੰਟੇ ਡਰਾਈਵ ਮੈਂ ਕਰੂੰਗਾ, 2 ਦੀ ਵੀ ਵੈਸੇ 3 ਹੀ ਕਰ ਸਕਦੇ ਹਾਂ, 3 ਘੰਟੇ ਮੈਂ ਕਰ ਲੈਂਦਾ, 300-400 ਕਿਲੋਮੀਟਰ ਚੱਲ ਜਿੰਨਾ ਵੀ ਗਿਆ ਲੈ ਜਾਂਦੇ ਹਾਂ, ਫਿਰ ਐਂ ਹੋਊਗਾ ਵੀ ਇੱਕ ਸ਼ਿਫਟ 'ਚ ਮਤਲਬ 1000 ਕਿਲੋਮੀਟਰ ਬਾਅਦ 'ਚੋਂ ਬਾਈ ਲੈ ਜੂਗਾ, ਵੀ ਸ਼ਿਫਟ ਨਹੀਂ ਆਪਾਂ ਨੂੰ ਚੇਂਜ ਕਰਨੀ ਪੈਂਦੀ, ਬਾਕੀ ਜੇ ਲੋਡ ਪਈ ਕਰ ਵੀ ਲਵਾਂਗੇ ਏ ਟੀ ਵੀ ਕੋਈ ਗੱਲ ਨਹੀਂ। ਅਤੇ ਮੈਂ ਬੈਠਾ ਗੱਲਾਂ ਹੀ ਮਾਰੀ ਨਾ, ਪੇਪਰ ਬਣਾ ਦਈਏ ਬਾਈ ਜੀ ਜਾਂ ਇੱਥੇ ਰੱਖ ਕੇ ਬਣਾ ਲੈਂਦੇ ਹਾਂ ਨਾਲ ਨਾਲ ਗੱਲਾਂ ਅਤੇ ਨਾਲ ਨਾਲ ਕੰਮ। ਪੇਪਰ ਸੈਂਡ ਹੋ ਰਹੇ ਆ ਬਾਈ ਜੀ ਆਪਣੀ ਡਿਸਪੈਚ ਨੂੰ, ਅਤੇ ਆਪਾਂ ਕਹਿੰਦੇ ਸੀਗੇ ਨਾ ਵੀ ਮੈਂ ਕਹੀ ਜਾਂਦਾ ਸੀਗਾ ਇੰਨੀ ਸਫਾਈ ਕਾਹਤੋਂ ਕਰਾਈ ਜਾਂਦੇ ਹੈ ਨਾ। ਆਹ ਦੇਖੋ ਕੌਫੀ ਆਪਣੇ ਕੋਲ, ਕੌਫੀ ਐਂਡ ਕੌਫੀ ਰਿਲੇਟਡ ਪ੍ਰੋਡਕਟ, ਆਹ ਸ਼ਾਇਦ ਤੁਹਾਨੂੰ ਦੇਖਦਾ ਵਾ, ਅਤੇ ਸਟਾਰਬਕ ਦੀ ਕੌਫੀ ਆ ਬਾਈ ਜੀ, ਸਟਾਰਬਕ ਕੌਫੀ ਕੰਪਨੀ। ਅਤੇ ਕੈਲਗਰੀ ਜਾਣਾ ਵਾ ਲੋਡ, ਇਹ ਆਪਾਂ ਵਿਨੀਪੈਗ ਤੱਕ ਲੈ ਕੇ ਜਾਣਾ, ਉਦੋਂ ਅੱਗੇ ਕੋਈ ਹੋਰ ਬਾਈ ਲੈ ਕੇ ਜਾਊਗਾ ਕੈਨੇਡਾ ਵਾਲਾ ਨਾ। ਅਤੇ ਫੂਡ ਦੇ ਲੋਡ ਨਾ ਹੀ ਹੁੰਦਾ ਬਾਈ ਜੀ, ਸਫਾਈ ਫਿਰ ਐਂ ਭਾਲਦੇ ਆ, ਮੈਨੂੰ ਤਾਂ ਲੱਗਦਾ ਸੀਗਾ ਵੀ ਠੋਰ ਨਾ ਧਵਾਉਣ ਨੂੰ ਹੀ ਕਹਿ ਦੇਣ, ਕਿਉਂਕਿ ਉਹ ਬੂਰਾ ਜਿਹਾ ਬਹੁਤ ਸੀਗਾ ਲੱਕੜ ਦਾ ਹੈ ਨਾ। ਚਲੋ ਨਿਬੜਿਆ ਕੰਮ, ਪਹੁੰਚ ਜਾਣਾ ਆਪਾਂ ਛੇਤੀ ਹੋਈ। ਆਹਾ ਮੇਰਾ ਨੈੱਟ ਹਾਈ ਸਪੀਡ ਡਾਟਾ ਬਾਈ ਜੀ ਬਹੁਤ ਡਾਟੇ ਵੱਲੋਂ ਔਖੇ ਆ, ਦੇਖੋ ਮੇਲ ਸੈਂਡ ਹੋਣ ਨੂੰ ਕਿੰਨਾ ਟਾਈਮ ਲੱਗ ਜਾਂਦਾ। ਇੱਥੇ ਮੈਨੂੰ ਮਿਲਦਾ ਬਾਈ ਜੀ $118 ਲੱਗਦੇ ਮੇਰੇ ਟੈਕਸ ਪਾ ਕੇ। ਮੈਂ US ਦਾ ਪਲੈਨ ਲੈਣਾ ਵਾ, ਕੈਨੇਡਾ ਦਾ ਪਲੈਨ ਹੀ ਆ ਮੇਰੇ ਕੋਲ, ਕੈਨੇਡਾ ਵਾਲਾ ਸਿਮ ਹੀ ਆ। ਜਿਹੜੇ ਬੰਦੇ US ਨੂੰ ਚੱਲਦੇ ਹੋ US ਦਾ ਸਿਮ ਲੈ ਲੈਂਦੇ ਹਨ, ਉਹ ਵਧੀਆ ਰਹਿੰਦਾ, ਨਾਲੇ ਤਾਂ ਡਾਟਾ ਵੱਧ ਮਿਲਦਾ, ਨਾਲੇ ਪਲੈਨ ਸਸਤਾ ਰਹਿੰਦਾ ਵਾ। ਅਤੇ ਹੁਣ ਮੈਂ ਸੋਚ ਰਿਹਾ ਵਾਂ, ਮੈਂ ਆਪਦਾ ਪੇ ਕਰਦਾ $118 ਟੈਕਸ ਪਾ ਕੇ ਬਾਈ ਜੀ, ਮੈਨੂੰ ਮਿਲਦਾ ਵਾ 25 GB ਡਾਟਾ ਮਹੀਨੇ ਲਈ, ਅਤੇ ਉਹ ਹੁਣ ਮੇਰਾ ਮੁੱਕ ਗਿਆ ਵਾ, ਅਤੇ ਅੱਜ ਤਰੀਕ ਹੈਗੀ ਆ 23, ਅਤੇ 7 ਦਿਨ ਮੈਨੂੰ ਐਂ ਬਸ ਜਿਵੇਂ ਘੱਟ ਸਪੀਡ ਵਾਲਾ ਡਾਟਾ ਵਾ ਅਤੇ ਉਹਦੇ ਨਾਲ ਹੀ ਕੱਢਣੇ ਪੈਣੇ ਆ। ਬਾਈ ਸੁਖੀ ਬਾਈ ਬਾਈ ਕਰ ਲਈਏ ਚੇਂਜ, ਯਾਰ ਕਿਲੋਮੀਟਰ ਰਹਿ ਗਿਆ ਬਾਈ ਜੀ। ਰੈਸਟ ਏਰੀਏ 'ਤੇ ਰੁਕ ਗਏ ਆਪੀ, ਕਿੰਨੀ ਆਵਾਜ਼ ਗੂੰਜਦੀ ਇੱਥੇ ਓਏ। ਆਹ ਦੇਖੋ ਬਾਈ ਜੀ ਆਲਣਾ ਜਵਾਕਾਂ ਦਾ, ਜਵਾਕਾਂ ਦਾ ਕਹੀਏ ਨਾ,
ਚਿੜੀਆਂ ਦਾ, ਚਿੜੀਆਂ ਰੌਲਾ ਪਾਈ ਜਾਂਦੀਆਂ, ਆਪਾਂ ਪਾਸੇ ਹੋ ਜਾਂਦੇ ਹਾਂ। ਕਿੰਨੇ ਆ ਉਹ? 3-4 ਆ। ਆਹ ਤਾਂ ਢਿਆ ਹੋਇਆ, ਉਹ 'ਚ ਵੀ ਚਿੜੀਆਂ ਹੈਗੀਆਂ ਬਾਈ ਜੀ, ਇਹ 'ਚ ਵੀ ਹੈਗੀਆਂ, ਦੇ ਜਵਾਕ ਨਿਕਲ ਨਿਕਲ। ਚਲੋ, ਇਹਨਾਂ ਦੀ ਮਾਂ ਰੌਲਾ ਪਾਉਂਦੀ ਫਿਰਦੀ ਆ, ਉਹਦੇ ਆਪਾਂ ਪਾਸੇ ਹੋ ਜਾਂਦੇ ਹਾਂ ਵਿਚਾਰੀ। ਅਤੇ ਬਾਈ ਜੀ, ਆਪਾਂ ਰੈਸਟ ਏਰੀਏ 'ਤੇ ਰੁਕੇ ਹੈਗੇ ਹਾਂ, ਅਤੇ ਇੱਥੇ ਆਪਾਂ ਸ਼ਿਫਟ ਚੇਂਜ ਕਰ ਲਈ ਆ, ਅਤੇ ਉਹ ਖੜ੍ਹਾ ਸਾਹਮਣੇ ਟਰੱਕ ਆਪਣਾ, ਅਤੇ ਬਾਈ ਰੋਟੀ ਖਾ ਰਿਹਾ। ਮੈਂ ਖਾ ਲਈ ਸੀਗੀ ਉੱਥੇ ਜਦੋਂ ਆਪਾਂ ਲੋਡਿੰਗ ਕਰਾਉਣ ਨੂੰ ਲਾਇਆ ਸੀ ਨਾ ਟਰੱਕ, ਅਤੇ ਉੱਥੇ ਮੈਨੂੰ ਭੁੱਖ ਲੱਗੀ ਪਈ ਸੀ ਅਤੇ ਮੈਂ ਉੱਥੇ ਰੋਟੀ ਖਾ ਲਈ ਸੀਗੀ। ਅਤੇ ਵਧੀਆ ਰਿਹਾ ਗੇੜਾ ਬਾਈ ਜੀ ਆਪਣਾ, ਹੁਣ ਤੱਕ ਤਾਂ ਵਧੀਆ ਜਾ ਰਹੇ ਹਾਂ, ਮਤਲਬ ਵੇਟ ਬੂਟ ਨਹੀਂ ਪਈ ਅਤੇ ਕਿੱਧਰ ਨੂੰ ਮੌਸਮ ਬੜਾ ਵਧੀਆ। ਅਤੇ ਮੈਂ ਐਵੇਂ ਟੋਪੀ ਲਈ ਫਿਰਦਾ ਵਾਂ, ਪਰਨਾ ਬੰਨਣਾ ਸੀਗਾ, ਪਰ ਟੋਪੀ ਆਏ ਹਾਂ ਵੀ ਸਵੇਰੇ ਉੱਠ ਕੇ ਇੱਕਦਮ ਬੰਦਾ ਸੌਖੀ ਲੈ ਲੈਂਦਾ ਬੰਨਣ ਨੂੰ, ਵੈਸੇ ਟਾਈਮ ਤਾਂ ਨਹੀਂ ਲੱਗਦਾ, ਉਈ ਬਸ ਕਹਿ ਸਕਦੇ ਆਪਾਂ ਪਰਨਾ ਬੰਨ ਕੇ ਰੱਖਿਆ ਕਰਨਾ, ਕਦਾ ਗਰਮੀ ਆ ਕੂ ਪਰਨਾ ਵਧੀਆ ਲੱਗਦਾ, ਪਰ ਮੈਨੂੰ ਗਰਮੀ ਆਈ ਜਾਂਦੀ ਹੈ। ਅਤੇ ਚਲੋ, ਓਕੇ ਬਾਈ ਜੀ, ਅਗਲੇ ਵਲੋਗ 'ਚ ਮਿਲਦੇ ਹਾਂ ਤੁਹਾਨੂੰ। ਇਹ ਵਲੋਗ ਆਪਾਂ ਇੱਥੇ ਹੀ ਕਰਦੇ ਹਾਂ ਐਂਡ। ਨਿੱਕਾ ਜਿਹਾ ਸੀਗਾ ਵਲੋਗ ਅਤੇ ਨਿੱਕਾ ਜਿਹਾ ਸੀਗਾ ਆਪਣਾ ਟ੍ਰਿਪ, ਅਤੇ ਆਹ ਖੜ੍ਹਾ ਆਪਣਾ ਟਰੱਕ, ਅਤੇ ਮਿਲਦੇ ਤੁਹਾਨੂੰ ਬਾਈ ਜੀ ਅਗਲੇ ਵਲੋਗ 'ਚ।